दिड़बा तो एक मंदभागी खबर सामने आ रही है जिथे पंजाबी नौजवान की कैनेडा दे विच मौत हो गई है। जी हाँ, कैनेडा दे विच रहिंदा सी 29 साल का मनप्रीत सिंह अपनी वोटी दे नाल रहिंदा सी ते कुछ समय पहला ही भारत तो कैनेडा दे गया सी। अप्रैल महीने दे विच उसके माता पिता उसनू मिल के वापस आए सन। रिटायर्ड पुलिस अफसर ने उन्होंने पिता जी ते दस दिए कि मापे अप्रैल महीने दे विच मिल के दोहां नू भारत मुड़े सन, पर उन्हां नू ये नहीं पता सी कि वह मुलाकात उन्हां दी आखरी मुलाकात होवेगी अपने मुंडे दे नाल। नौजवान दी दिल दा दौरा पैण दे कारण मौत होई है। तां दस दिए कि कुछ महीने पहला ही जिहड़ा मनप्रीत सिंह है अपनी पत्नी दे नाल गया सी। पत्नी काम तो जद वापस घर परतदी है कैनेडा दे विच तां उस नू मनप्रीत सिंह की मौत की खबर मिलती है, क्योंकि दिल का दौरा पैण करके मनप्रीत सिंह की मौत हुई है। दस दी है कि पिता का कहना है कि उन्होंने जब वापस परत रहे सी कैनेडा तो भारत आ रहे सी तां उस वेले भी अपने मुंडे दे नाल उन्होंने गलबात हुई, ठीक ठाक सी सारा कुछ, पर पता नहीं अचानक की हो गया। आओ पिता दे कोलों ही जानते हैं, परिवारक मैंबरां तो जानते हैं कि असल मौत का कारण की है। घटना तो जी ਤੁਸੀਂ ਆਪਾਂ ਇਹਦੇ ਬਾਰੇ ਸੋਚ ਨਹੀਂ ਸਕਦੇ, ਜਿਹੜੀ ਇਹ ਪਰਿਵਾਰ ਨਾਲ ਮਤਲਬ ਵਾਹਿਗੁਰੂ ਦਾ ਭਾਣਾ ਜਿਹੜਾ ਇਹਨਾਂ 'ਤੇ ਜਿਹੜੀ ਵਾਪਰਿਆ, ਅਤੇ ਕੱਲ੍ਹ ਵਿਚਾਰੇ 6 ਮਹੀਨੇ ਆਪਣੇ ਬੱਚਿਆਂ ਕੋਲ ਲਾ ਕੇ ਉੱਥੋਂ ਕਨੇਡਾ ਤੋਂ ਕੱਲ੍ਹ ਹੀ ਕਰੀਬ 12 ਵਜੇ ਕਹਿੰਦੇ ਵਾਪਸ ਆਏ ਸੀ ਅਸੀਂ, ਅਤੇ 2:30 ਵਜੇ ਇਹਨਾਂ ਨੂੰ ਸੁਨੇਹਾ ਆ ਗਿਆ ਵੀ ਉਹ ਅਟੈਕ ਹੋ ਗਿਆ ਅਤੇ ਪੂਰੇ ਹੋ ਗਏ। ਅਤੇ ਮਾਤਮ ਸਾ ਗਿਆ ਬੜਾ ਦਰਬੇ ਦੇ ਵਿੱਚ ਜੀ, ਮਤਲਬ ਬੜਾ ਸ਼ਰੀਫ ਪਰਿਵਾਰ ਸੀ। ਦੋਏ ਬੱਚੇ ਦੇ ਮੰਮੀ ਡੈਡੀ ਰਿਟਾਇਰ ਨੇ, ਉਹ ਹੈਲਥ ਡਿਪਾਰਟਮੈਂਟ 'ਚ ਉਹਨਾਂ ਦੀ ਮੰਮੀ ਰਿਟਾਇਰ ਹੋਈ ਆ ਕਿਸੇ ਕਈ ਸਾਲਾਂ ਤੋਂ, ਅਤੇ ਹਰਕੇਸ਼ ਸਿੰਘ ਦੀ ਪੁਲਿਸ ਡਿਪਾਰਟਮੈਂਟ 'ਚ ਰਿਟਾਇਰ ਹੋਏ ਨੇ। ਬੜਾ ਇਲਾਕੇ ਦੇ ਵਿੱਚ ਇਹਨਾਂ ਦਾ ਬੜਾ ਸ਼ਰੀਫ ਅਤੇ ਬੜਾ ਮਿਲਵਰਤਨ ਵਾਲਾ ਪਰਿਵਾਰ ਸੀ। ਸੋ ਸਾਰੇ ਇਲਾਕੇ ਨੂੰ ਜਾਣੀ ਜੇ ਆਪਾਂ ਕਈ ਵਿੱਚ ਬੜਾ ਸੋਗ ਹੋ ਰਿਹਾ ਮਤਲਬ, ਅਤੇ ਵੀ ਇਹ ਕੀ ਇਹਨਾਂ ਨਾਲ ਪਰਿਵਾਰ ਨਾਲ ਮਤਲਬ ਕੁਛ ਨਹੀਂ ਸੁੱਝ ਰਿਹਾ ਇਹਨਾਂ ਨੂੰ ਵਿਚਾਰਿਆ। ਬੱਚੇ ਦੀ ਨੇਚਰ ਤਾਂ ਬਹੁਤ ਹੀ ਅੱਛੀ ਸੀ ਜੀ, ਉਹਦੇ ਜਿੱਥੇ ਜਿੱਥੇ ਵੀ ਬੱਚਾ ਰਿਹਾ ਜਿਹਨਾਂ ਨਾਲ ਵਰਤਿਆ ਉਹਦੇ ਯਾਰ ਦੋਸਤ, ਮਤਲਬ ਇੰਨਾ ਸਿਆਣਾ ਬੱਚਾ ਸੀ ਅਤੇ ਆਪਾਂ ਉਹਦੇ ਬਾਰੇ ਕੁਛ ਨਹੀਂ ਕਹਿ ਸਕਦੇ, ਅਤੇ ਬਹੁਤ ਲਾਇਕ ਬੱਚਾ ਸੀ, ਬੜੀ ਸੋਚ, ਇਹਨਾਂ ਨੂੰ ਬੜਾ ਹੌਸਲਾ ਹੋ ਰਿਹਾ ਸੀ ਬੱਚਾ ਸਾਡਾ ਤਰੱਕੀ ਵੱਲ ਜਾ ਰਿਹਾ, ਬੜੀ ਇਹਨਾਂ ਨੂੰ ਦਿਲਾਸੇ ਦਿੰਦਾ ਸੀ ਵੀ ਤੁਸੀਂ ਆਇਓ ਵਾਪਸ ਆਇਓ। ਪਰ ਮਗਰ ਖਬਰ ਪਿੱਛੇ ਪਿੱਛੇ ਫੋਨ ਵੀ ਕਰ ਰਿਹਾ ਸੀ, ਕਹਿੰਦੇ ਸਾਡੇ ਇਹਨਾਂ ਦੇ ਦੱਸਣ ਮੁਤਾਬਕ ਵੀ ਰਾਜਪੁਰੇ ਤੱਕ ਸਾਨੂੰ ਫੋਨ ਆਉਂਦੇ ਰਹੇ ਨੇ ਵੀ ਤੁਸੀਂ ਪਹੁੰਚ ਗਏ, ਪਰ ਜਦੋਂ ਘਰ ਪਹੁੰਚ ਗਏ ਮਤਲਬ ਫਿਰ ਇਹਨਾਂ ਨੂੰ ਇਹ ਕਹਿੰਦੇ ਸਾਨੂੰ ਇਹ ਮੈਸੇਜ ਮਿਲਿਆ। ਸੋ ਬੜਾ ਦੁੱਖਾਂ ਦਾ ਪਹਾੜ ਜਿਹੜਾ ਪਰਿਵਾਰ 'ਤੇ ਟੁੱਟਿਆ। ਵਾਹਿਗੁਰੂ, ਆਪਾਂ ਤਾਂ ਇਹ ਅਰਦਾਸ ਕਰਦੇ ਹਾਂ ਵੀ ਇਹਨਾਂ ਨੂੰ ਬਲ ਬਖਸ਼ੇ ਇਹ ਸਦਮੇ 'ਚੋਂ, ਅਤੇ ਬਾਕੀ ਜੋ ਵੀ ਸਮਾਜ ਸ੍ਰੀ ਸਾਡੇ ਪ੍ਰਧਾਨ ਜੀ ਨੇ ਕਰਿਆਣਾ ਐਸੋਸੀਏਸ਼ਨ ਧਰਮਪਾਲ ਜੀ ਸਾਰੇ ਲੱਗੇ ਹੋਏ ਨੇ ਇਹਨਾਂ ਨਾਲ, ਜਿਵੇਂ ਵੀ ਮਦਦ ਕਰ ਰਹੇ ਨੇ ਇਕੱਠੇ ਹੋ ਕੇ, ਟਿਕਟ ਵਗੈਰਾ ਦਾ ਪ੍ਰਬੰਧ ਕਰਾ ਰਹੇ ਨੇ ਵੀ ਉੱਥੇ ਪਹੁੰਚਿਆ ਜਾਵੇ ਕਿਸੇ ਲੋਕ। ਇਹ ਘਟਨਾ ਜੀ 2017 'ਚ ਗਿਆ ਸੀਗਾ, ਅਤੇ ਕਰੀਬ 5 ਸਾਲ ਤੋਂ ਮਤਲਬ ਉੱਥੇ ਹੈਗਾ ਸੀਗਾ, ਐਡਮਿੰਟਨ ਰਹਿ ਰਿਹਾ ਸੀਗਾ। ਅਸੀਂ ਮਈ ਆਪਣੇ 2023 'ਚ ਜਗ ਗਿਆ ਮਿਲਣ ਇਹਨਾਂ ਨੂੰ, ਮੈਂ ਅਤੇ ਮੇਰੀ ਪਤਨੀ, ਅਤੇ ਅਸੀਂ 6 ਮਹੀਨੇ ਉੱਥੇ ਰੁਕ ਕੇ ਵਾਪਸ ਆਉਣਾ ਸੀਗਾ। ਕਰੀਬ ਆਪਣੇ ਅਜੇ ਲੰਘੀ ਹੈਗੀ ਆ ਤਰੀਕ, 25 ਤਰੀਕ ਨੂੰ ਅਸੀਂ ਸ਼ਾਮ ਨੂੰ ਉੱਥੇ ਸਾਡੀ ਵਾਪਸੀ ਸੀਗੀ ਆਪਣੇ ਇੰਡੀਆ ਵਾਸਤੇ। ਅਸੀਂ ਰਸਤੇ ਵਿੱਚ ਬਸ ਸਟੇਅ ਕਰਦੇ ਇੱਕ ਇੱਥੇ, ਸੋਮਵਾਰ ਸੀਗਾ, ਸੋਮਵਾਰ ਕੱਲ੍ਹ 12 ਵਜੇ ਅਸੀਂ ਘਰ ਪਹੁੰਚੇ ਹਾਂ, ਅਤੇ ਕਰੀਬ 2 ਘੰਟੇ ਬਾਅਦ ਸਾਡੇ ਘਰ ਮੈਨੂੰ ਮੇਰੀ ਨੂੰਹ ਦਾ ਫੋਨ ਆਉਂਦਾ ਕਿ ਡੈਡੀ ਜੀ ਜਲਦੀ ਟਿਕਟ ਕਰਾ ਕੇ ਵਾਪਸ ਆ ਜਾਓ। ਮੈਂ ਹੈਰਾਨੀ ਨਾਲ ਪੁੱਛਿਆ ਕਿ ਮੈਂ ਅਸੀਂ ਤਾਂ ਹੁਣ ਆਇਆ ਅਜੇ ਨਹੀਂ, ਕਹਿੰਦੇ ਬਸ ਤੁਸੀਂ ਆ ਜਾਓ ਜਲਦੀ ਨਾਲ ਟਿਕਟ ਕਰਾ ਕੇ। ਜੋਤ ਨੂੰ ਅਟੈਕ ਆ ਗਿਆ, ਪੂਰਾ ਹੋ ਗਿਆ ਬਸ। ਉਸ ਤੋਂ ਬਾਅਦ ਸਾਨੂੰ ਪਤਾ ਜਿਹੜਾ ਸਾਡੇ ਦੁੱਖਾਂ ਦਾ ਪਹਾੜ, ਸਾਰੇ
ਘਰ ਦੇ ਵਿੱਚ ਕੂਲਰ ਜਿਹੜਾ ਕੀ ਕੰਮ ਕਰਦੇ ਸੀ ਕੰਮ ਜੀ ਉੱਥੇ ਕਰਦਾ ਸੀ ਐਮਾਜ਼ੋਨ ਸਟੋਰ 'ਚ ਕਰਦਾ ਸੀ ਆਪਣੇ ਨੌਕਰੀ ਤੁਸੀਂ ਕੀ ਕੰਮ ਕਰਦੇ ਹੋ ਮੈਂ ਜੀ ਆਪਣੇ ਪੁਲਿਸ ਡਿਪਾਰਟਮੈਂਟ 'ਚੋਂ ਕਰੀਬ 2 ਸਾਲ ਪਹਿਲਾਂ ਰਿਟਾਇਰ ਹੋਇਆ ਜੀ।